ਅਸੀਂ ਇਸ ਟਾਈਮ ਜਿਹੜੇ ਕੇਂਜ ਦੇ ਦੂਜਾ ਗੁਰਦੁਆਰਾ ਸਾਹਿਬ ਆ ਗਏ ਹਾਂ ਜੀ। ਅੱਜ ਇੱਥੇ ਇੱਕ ਵਿਆਹ ਹੋ ਰਿਹਾ, ਅਸੀਂ ਜ਼ਿਆਦਾ ਤਾਂ ਉਹ ਨਹੀਂ ਸ਼ੂਟ ਕਰਾਂਗੇ ਕਿਉਂਕਿ ਵਿਆਹ ਦੀਆਂ ਰਸਮਾਂ, ਪਰ ਤੁਹਾਨੂੰ ਬਾਹਰੋਂ ਬਾਹਰੋਂ ਜਿਹੜਾ ਕਿ ਇੱਕ ਵਾਰੀ ਸੀਨ ਸ਼ੂਟ ਕਰਕੇ ਫਿਰ ਆਪਾਂ ਜ਼ਰੂਰ ਕਿਸੇ ਨਾਲ ਗੱਲਬਾਤ ਕਰਾਂਗੇ। ਛੱਲੀਆਂ ਬਣਾ ਦੀ ਦਾਣੇ ਵੀ ਮਿੱਤਰਾਂ ਦੂਰ ਦਿਆ, ਉਹ ਗੱਲ ਚੇਤੇ ਆ ਗਈ। ਇੱਥੇ ਜਦੋਂ ਅਸੀਂ ਕੇਂਜ ਦੀ ਖੂਬਸੂਰਤ ਸੜਕ ਤੋਂ ਦੀ ਗੁਜ਼ਰ ਰਹੇ ਸੀ ਅਤੇ ਇੱਥੇ ਛੱਲੀਆਂ ਬਿਨਾਂ ਦੱਸਿਆ, ਪਹਿਲਾਂ ਸੁਖਜਿੰਦਰ ਹੋਰਾਂ ਨੇ ਵੀ ਦੱਸਿਆ ਕਿ ਹਰ ਕਿਸਮ ਦੀ ਫਸਲ ਹੁੰਦੀ ਹੈ ਇੱਥੇ। ਉਹ ਆਹ ਦੇਖੋ ਛੱਲੀਆਂ ਜਿਹੜੀਆਂ ਲੱਗੀਆਂ ਦਾ ਡਰ ਵੀ ਲੱਗੀ ਜਾਂਦਾ, ਕਹਿੰਦੇ ਨੇ ਜੱਟ ਗੰਨਾ ਨਹੀਂ ਦਿੰਦਾ ਹੁੰਦਾ, ਭੇਲੀ ਦੇ ਦਿੰਦਾ, ਅਤੇ ਸਾਹਮਣੇ ਜੱਟ ਦਾ ਘਰ ਵੀ ਆ ਨੇੜੇ ਇੱਥੇ ਸਾਹਮਣੇ ਅਤੇ, ਪਰ ਫਿਰ ਵੀ ਆਪਾਂ ਦੇਖੋ ਆਹ ਛੱਲੀ ਜਿਹੜੀ ਕਾਫੀ ਚੰਗੀ ਭਰਮੀ ਫਸਲ ਆ। ਪਰ ਮੈਨੂੰ ਇੱਕ ਗੱਲ ਨੀ ਸਮਝ ਆਉਂਦੀ ਬਾਈ, ਤੁਸੀਂ ਇੱਥੇ ਲੋਕਲ ਹੋ, ਇਹ ਛੱਲੀਆਂ ਦੋ ਦੋ ਕੀ ਲੱਗੀਆਂ ਨੇ? ਸਪੈਸ਼ਲ ਕਿਸਮ ਦੀ ਹੈ ਜੀ, ਜਿੱਦਾਂ ਕਿ ਹੁਣ ਤਾਂ ਆਪਣੇ ਪੰਜਾਬ ਦੇ ਬੱਚੇ ਅਤੇ ਦੋ ਦੋ ਛੱਲੀਆਂ ਤੁਸੀਂ ਦੇਖ ਸਕਦੇ ਹੋ, ਹਰੇਕ ਟਾਂਡੇ ਦੇ ਤਕਰੀਬਨ ਲੱਗੀਆਂ ਹੋਈਆਂ ਨੇ, ਤਿੰਨ ਕੁ ਮਹੀਨੇ ਪਹਿਲਾਂ ਦੀ ਬੀਜੀ ਹੋਈ ਹੈ ਇਹ, ਮਾਰਚ ਦੇ ਐਂਡ ਜਾਂ ਮਾਰਚ ਦੇ ਗੱਭ ਦੇ ਵਿੱਚ ਜ਼ਿਆਦਾ ਕਰਕੇ ਬੀਜਿਆ ਇੱਥੇ, ਇਹਨਾਂ ਕੁ ਦਿਨਾਂ ਦੇ ਵਿੱਚ ਹੁਣ ਤਾਂ ਤਿਆਰ। ਜੀ ਹੁਣ ਅਸੀਂ ਆ ਗਏ ਹਾਂ ਜੀ ਟੇਬਲ ਲੈਂਡ ਦੇ ਜਿਹੜੇ ਇੱਕ ਲੇਕ ਦੇ ਉੱਤੇ। ਜ਼ਿਆਦਾ ਮੈਨੂੰ ਨਹੀਂ ਪਤਾ, ਜ਼ਿਆਦਾ ਪਤਾ ਤਾਂ ਇੱਥੋਂ ਦੇ ਲੋਕਲ ਸਾਡੇ ਜਿਹੜੇ ਸੱਜਣ ਸਾਡੇ ਨਾਲ ਆ ਬਾਈ ਸੁਖਜਿੰਦਰ ਹੋਰੇ, ਉਹਨਾਂ ਨੂੰ ਅਤੇ ਆਪਾਂ ਉਹਨਾਂ ਤੋਂ ਸਾਰੀ ਚੀਜ਼ਾਂ ਇਹ ਜਾਣਨੀਆਂ ਵੀ ਇਹ ਕੀ ਆ ਸਾਰਾ ਮਾਜਰਾ। ਪਰ ਮੈਂ ਸਿੰਪਲੀ ਦੱਸ ਦਿਆਂ, ਕੇਂਜ ਦੇ ਉੱਤੋਂ ਅਸੀਂ ਇੱਕ ਪਹਾੜੀ ਚੜ੍ਹੇ, ਬਹੁਤ ਪਹਾੜੀ ਦੇ ਉੱਤੇ ਆਉਂਦੇ ਆਉਂਦੇ ਜਦੋਂ ਟੋਪ 'ਤੇ ਆ ਗਏ ਤਾਂ ਅਖੀਰ ਇੱਕ ਜਿਹੜੀ ਪਲੇਨ ਲੈਂਡ ਸਾਨੂੰ ਦੇਖਣ ਨੂੰ ਮਿਲੀ ਅਤੇ ਬਹੁਤ ਸਾਰਾ ਪਾਣੀ ਮਿਲਿਆ। ਸੋ ਸੁਖਜਿੰਦਰ ਬਾਈ ਕੀ ਹੈ ਇਹ ਸਾਰਾ? ਇਹ ਜੀ ਇਸ ਟਾਈਮ ਆਪਾਂ ਜੰਗਾਪੁਰਾ ਜਿਹੜਾ ਛੋਟਾ ਜਿਹਾ ਟਾਊਨ ਆ, ਜੇ ਗਿਲੀਸ ਰੇਂਜ ਵਾਲੇ ਪਾਸਿਓਂ ਟੇਬਲ ਲੈਂਡ ਨੂੰ ਚੜੀਏ ਨਾ ਤੇ ਜਿਹੜਾ ਪਹਿਲਾ ਟਾਊਨ ਆ ਆਪਾਂ ਨੂੰ ਜੰਗਾਪੁਰਾ ਆਉਂਦਾ ਜੀ, ਤੇ ਇਹ ਜੰਗਾਪੁਰਾ ਦੀ ਜਿਹੜੀ ਤਨਾਰੂ ਡੈਮ ਦੀ ਜੰਗਾਪੁਰਾ ਵਾਲੀ ਐਂਡ ਆ ਨਾ ਜੀ, ਇਹ ਉਹ ਆ ਯਾਨੀ ਕਿ ਜਿਹੜਾ ਲੇਕ ਆ ਜਿੱਥੇ ਪਾਣੀ ਸਟੋਰ ਹੁੰਦਾ ਮੀਂਹ ਦਾ, ਜਿਹਦੇ 'ਚ
ਸਾਰੀ ਟੇਬਲ ਲੈਂਡ ਨੂੰ ਪੀਣ ਦੇ ਇਰੀਗੇਸ਼ਨ ਦੀ ਸਪਲਾਈ ਲਈ ਵਰਤਿਆ ਜਾਂਦਾ ਜੀ। ਟੇਬਲ ਲੈਂਡ ਦੇ ਏਰੀਏ ਚ ਇੱਥੇ ਕੀ ਸਬਜ਼ੀਆਂ ਜਾਂ ਕੀ ਫਰੂਟ ਜਾਂ ਕੀ ਹੁੰਦਾ ਕੀ? ਇੱਥੇ ਹਰੇਕ ਤਰ੍ਹਾਂ ਦੀ ਫਸਲ ਹੁੰਦੀ ਹੈ ਜੀ। ਟੇਬਲ ਲੈਂਡ ਇੱਦਾਂ ਦੀ ਫਰਟਾਈਲ ਸੋਇਲ ਆ ਜੀ ਇੱਥੇ, ਵੀ ਹਰੇਕ ਤਰ੍ਹਾਂ ਦੀ ਫਸਲ, ਬਾਜਰਾ, ਮੱਕੀ, ਹਰੇਕ ਤਰ੍ਹਾਂ ਦੀ ਫਸਲ ਆ ਜਿਹੜੀ, ਐਵੋਕੈਡੋ, ਬੇਰੀਆਂ, ਕੇਲਾ, ਲੇਡੀ ਫਿੰਗਰ, ਹਰੇਕ ਤਰ੍ਹਾਂ ਦੀ ਫਸਲ ਆ ਜਿਹੜੀ, ਕਣਕ ਹੋ ਜਾਂਦੀ। ਤੇ ਇਹ ਜਦੋਂ ਇਹੋ ਜਿਹਾ ਥਾਂ ਹੋਵੇ, ਇੰਨੀ ਉਪਜਾਊ ਧਰਤੀ, ਉੱਥੇ ਪੰਜਾਬੀ ਵੀ ਪਹੁੰਚ ਗਏ ਕੋਈ ਨੀ? ਪੰਜਾਬੀ ਹੈਗੇ ਜੀ ਫਾਰਮ ਆਪਣੇ, ਕਾਫੀ ਟੇਬਲ ਲੈਂਡ ਨਵੇਂ ਹੀ ਲਏ ਆ ਜੀ ਉਹਨਾਂ ਨੇ। ਅੱਛਾ, ਲੇਡੀ ਫਿੰਗਰ ਦਾ ਬਣਾਉਣਾ ਲਾਇਆ। ਹਾਂਜੀ, ਲੇਡੀ ਫਿੰਗਰ, ਲੇਡੀ ਫਿੰਗਰ ਬਣਾਉਣਾ ਹੋਏ ਕੀ ਹੋ ਗਿਆ? ਰੇਟ ਸੀ ਜਿਹੜਾ ਬਹੁਤ ਜਾਇਜ਼ ਸੀਗਾ ਫਾਰਮਾਂ ਦਾ, ਪਰ ਪਿਛਲੇ ਤਿੰਨਾਂ ਚਾਰਾਂ ਸਾਲਾਂ ਚ ਨਾ ਚਾਈਨੀਜ਼ ਇਨਵੈਸਟਰ ਕੋਲ ਆ ਗਏ, ਕੁਛ ਕਾਫੀ ਫਾਰਮ ਉਹਨਾਂ ਨੇ ਲੈ ਲਏ, ਉਹਦੇ ਕਰਕੇ ਨਾ ਪ੍ਰਾਈਸ ਆਲਮੋਸਟ ਡਬਲ ਹੋ ਗਿਆ। ਕੀ ਪ੍ਰਾਈਸ ਅੰਦਾਜ਼ਾ ਪਹਿਲਾਂ ਸੀ ਤੇ ਕੀ ਹੋਣਾ ਅੱਗੇ ਨਾਲੋਂ ਜੀ? ਹੁਣ ਜੇ ਤੁਸੀਂ ਆਪਾਂ ਐਵਰੇਜ ਕਰੀਏ 80-90 ਏਕੜ ਦੇ ਫਾਰਮ ਦੀ ਗੱਲ ਜੀ, ਹੁਣ ਅੱਗੇ ਹੁੰਦਾ ਸੀ ਜਿਵੇਂ 5-6-7 ਲੱਖ, 5 ਲੱਖ ਜੇ, ਹਾਂਜੀ, ਪਰ ਹੁਣ ਤੁਸੀਂ ਡਬਲ ਲਾ ਲਓ, ਟ੍ਰਿਪਲ ਵੀ ਹੋਏ, ਮਿਲੀਅਨ ਡੇਢ ਮਿਲੀਅਨ ਤੋਂ ਘੱਟ ਗੱਲ ਨਹੀਂ। ਹਾਂਜੀ, ਸੋ ਪਾਣੀ ਦੀ ਜਿਹੜਾ ਪ੍ਰੋਪਰ, ਹਾਂਜੀ, ਜਿਹੜਾ ਮੀਂਹ ਨਾਲ ਪਾਣੀ ਇਕੱਠਾ ਹੋ ਜਾਂਦਾ ਹੈਗਾ ਉਹ ਹਿਸਾਬ ਨਾਲ ਇਹ ਦੇਈ ਜਾਂਦੇ ਆ, ਨਾਲੇ ਚਾਰਜ ਕਰੀ ਜਾਂਦੇ ਆ ਪਾਣੀ ਤੋਂ ਪਹਿਲਾਂ। ਹਰੇਕ ਫਾਰਮ ਨੂੰ ਨਾ ਜੀ ਅਲੋਟ ਕੀਤਾ ਵੀ ਇੰਨਾ ਪਾਣੀ, ਤੇ ਉਹਨਾਂ ਨੇ ਫਾਰਮਾਂ ਨੇ ਵੀ ਅੱਗੇ ਆਪਦੇ ਛੋਟੇ ਛੋਟੇ ਲੇਕ ਬਣਾਏ ਆ ਜਿੱਥੋਂ ਫਿਰ ਉਹ ਫਾਰਮ 'ਚ ਸਪਲਾਈ ਕਰਦੇ। ਸੋ ਇੱਥੇ ਨਾਲ ਟੂਰਿਸਟ ਪੈਲੇਸ ਵੀ ਬਣ ਗਿਆ, ਟੂਰਿਸਟ ਆਪਾਂ ਕਿਤੇ ਵੀ ਚਲੇ ਜਾਈਏ ਸਾਰਾ ਕੈਂਪਿੰਗ ਗਰਾਊਂਡ ਟੂਰਿਸਟ ਪਲੇਸ ਹੀ ਮਿਲਦੇ ਆਪਾਂ। ਮੈਂ ਇੱਥੇ ਦੱਸ ਦਿਆਂ ਸਾਡੇ ਜਿਹੜੇ ਦਰਸ਼ਕਾਂ ਨੂੰ, ਕੇਨਜ਼ ਦੇ ਵਿੱਚ ਜਿਹੜਾ ਵੈਦਰ ਆ ਉਹ ਗਰਮ ਰਹਿੰਦਾ ਸਾਲ ਭਰ ਹੀ ਤਕਰੀਬਨ, ਤੇ ਆਹ ਜਿਹੜੇ ਮਹੀਨੇ ਆ 2-3 ਮਹੀਨੇ ਟੈਂਪਰੇਚਰ ਬਹੁਤ ਪਰਫੈਕਟ ਆ, ਤੇ ਸਾਰੇ ਦੂਜੇ ਆਸਟ੍ਰੇਲੀਆ ਦੇ ਵਿੱਚ ਠੰਡ ਹੁੰਦੀ ਆ, ਤੇ ਤਾਂ ਕਰਕੇ ਲੋਕ ਇੱਥੇ ਆਉਂਦੇ ਆ, ਤੇ ਆ ਕੇ ਜਿਹੜਾ ਫਨ ਕਰਦੇ ਆ। ਤੁਸੀਂ ਦੇਖਿਆ ਹੋਣਾ ਕੈਂਪ ਲੱਗੇ ਹੋਏ ਆ, ਕੋਈ ਕੈਂਪਰ ਬੈਨ ਖੜੀ ਆ, ਕੋਈ ਕਿਸ਼ਤੀਆਂ ਤੇ ਆ, ਕੋਈ ਦੇਖੋ ਆਪਦੇ ਆ ਜਾਚ ਕਹਿੰਦੇ ਆ ਜਾਂ ਕੁਛ ਵੀ, ਇਹ ਆਪੋ ਆਪਦੇ ਹਰੇਕ ਬੰਦਾ ਫਨ ਕਰ ਰਿਹਾ। ਸੋ ਕੁੱਲ ਮਿਲਾ ਕੇ ਜਿਹੜੀਆਂ ਅੱਖਾਂ ਨੂੰ ਜਿਹੜੀ ਚੀਜ਼ਾਂ ਚਾਹੀਦੀਆਂ ਨੇ, ਵੀ ਵੈਸੇ ਤਾਂ ਬਾਣੀ ਕਹਿੰਦੀ ਆ ਵੀ ਅੱਖੀਂ ਦੇਖਣਾ ਰੁੱਝੀਆਂ, ਰੰਗ ਤਮਾਸ਼ੇ ਆ, ਪਰ ਇਹ ਰੰਗ ਤਮਾਸ਼ੇ ਜਦੋਂ ਹੁਣ ਦੁਨੀਆ 'ਚ ਆਏ ਆ ਤਾਂ ਇਹਨਾਂ ਨੂੰ ਸਾਨੂੰ ਦੇਖਣਾ ਵੀ ਚਾਹੀਦਾ। ਸੋ ਬਹੁਤ ਸੋਹਣੇ ਅੱਖਾਂ ਨੂੰ ਜਿਹੜੇ ਜਚਣ ਵਾਲੇ ਰੰਗ ਤਮਾਸ਼ੇ ਇਸ ਦੁਨੀਆ ਦੇ, ਇਸ ਜਿਹੜੇ ਕੇਨਜ਼ ਦੇ ਏਰੀਏ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੇ ਆ। ਸੋ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਜਾਂਦੇ ਹਾਂ ਤੁਹਾਨੂੰ ਵੀ ਨਾਲ ਨਾਲ ਦਿਖਾਉਂਦੇ ਜਾਂਦੇ ਹਾਂ। ਸੋ ਜੀ, ਜਿੱਥੇ ਹੁਣ ਮੈਂ ਖੜ੍ਹਾ, ਜਿਹੜੀ ਧਰਤੀ ਜਿਵੇਂ ਕਿ ਤਿਆਰ ਕੀਤਾ ਹੋਇਆ ਬਾਣ ਆ, ਜੇ ਜੱਟ ਦਾ ਪੋਤਾ ਕੋਈ ਜਾਂ ਜ਼ਿਮੀਂਦਾਰੀ ਦੇ ਵਿੱਚ ਰਿਹਾ, ਉਸ ਬੰਦੇ ਲਈ ਜਾਂ ਮੈਂ ਜੇ ਸਿੰਪਲ ਭਾਸ਼ਾ ਕਹਾਂ ਲਾਲਾਂ ਡਿੱਗਦੀਆਂ, ਦੇਸੀ ਭਾਸ਼ਾ ਵੀ ਲਾਲਾਂ ਡਿੱਗਣ ਵਾਲੀ ਗੱਲ ਆ, ਇਹ ਜੀ ਮਿੱਟੀ ਕਿੱਥੇ ਮਿਲੂਗੀ ਦੇਖਣ? ਪਹਿਲੀ ਨਜ਼ਰ ਪਤਾ ਕੀ ਕਹਿੰਦੀ ਆ? ਪਹਿਲੀ ਨਜ਼ਰ ਇਹ ਕਹਿੰਦੀ ਆ ਵੀ ਜਿੱਥੇ ਬੰਦਾ ਵੀ ਦੱਬ ਦੀਏ ਉਹ ਵੀ ਹਰਾ ਹੋ ਜੇ। ਸਿੰਪਲ ਜੀ ਗੱਲ ਆ ਵੀ ਇੰਨਾ ਕੁ ਜ਼ਿਆਦਾ ਉਪਜਾਊ ਮਿੱਟੀ ਪੰਜਾਬ 'ਚ ਵੀ ਹੁਣ ਕਿਤੇ ਤੁਹਾਨੂੰ ਦੇਖਣ ਨਹੀਂ ਮਿਲੀ, ਪੂਰੀ ਕਾਲੀ ਡੰਜ ਜਿਹੜੀ ਮਿੱਟੀ ਆ, ਤੇ ਤਿਆਰ ਵੀ ਟਰੈਕਟਰ ਨਾਲ ਤੁਸੀਂ ਦੇਖਿਆ ਵੀ ਘੱਟੋ ਘੱਟ ਇਹ 100-200 ਕਿੱਲੇ ਦਾ ਬਾਣ ਆ ਜਿਹੜਾ ਕਿ ਤਿਆਰ ਕੀਤਾ ਹੋਇਆ, ਤੇ ਤਿਆਰ ਕੀਤਾ ਆਲੂ ਵਾਲੀ, ਮੱਕੀ ਤੇ ਆਲੂ ਦਾ ਜਿਹੜਾ ਕੰਬੀਨੇਸ਼ਨ ਆ, ਅੱਗੇ ਭਾਵੇਂ ਗੰਨੇ ਦੇ ਖੇਤਾਂ, ਪਰ ਤੁਸੀਂ ਉਹਨੂੰ ਆਲੂਆਂ 'ਤੇ ਪਾਣੀ ਲੱਗਦਾ ਦਿਖਾਉਣੇ ਆ। ਪੁਰਾਣੀ ਵੀਡੀਓ 'ਚ ਵੀ ਅਲੈਕਸ ਸਪ੍ਰਿੰਗ ਦੇਖਿਆ ਪਰ ਉੱਥੇ ਚੱਲਦਾ ਨਹੀਂ ਸੀ, ਇਹ ਚੱਲਦਾ ਤੁਹਾਨੂੰ ਦਿਖਾਇਆ, ਇਹ ਘੱਟੋ ਘੱਟ ਦੇਖ ਲਓ 10-15 ਏਕੜ ਏਦਾਂ ਲੰਬਾ ਤੇ ਆਪੇ ਚੱਲਦਾ ਆਟੋ ਆ ਜਿਹੜਾ ਕਿ ਇਹਨਾਂ ਦੇ ਵਿੱਚ ਮੋਟਰਾਂ ਲੱਗੀਆਂ ਤੇ ਉਹ ਮੋਟਰਾਂ ਨੂੰ ਬਿਜਲੀ ਨਾਲ ਕੰਟਰੋਲ ਕਰਦੀਆਂ, ਤੇ ਜਿਵੇਂ ਜਿਵੇਂ ਇਹਦੇ 'ਚ ਸਿਸਟਮ ਦਿੱਤਾ ਵੀ ਕਿੰਨੇ ਸੈਕਿੰਡ ਰੁਕਣਾ ਕਿਤੇ, ਤੇ ਰੁਕ ਕੇ ਫਿਰ ਅੱਗੇ ਚਲਾ ਜਾਂਦਾ, ਫਿਰ ਰੁਕ ਕੇ ਅੱਗੇ ਚਲਾ ਜਾਂਦਾ। ਸੋ ਬਹੁਤ ਵਧੀਆ ਇਰੀਗੇਸ਼ਨ ਦਾ ਸਿਸਟਮ ਆ ਜਿਹਦੇ ਨਾਲ ਪਾਣੀ ਵੀ ਬਚ ਰਿਹਾ ਤੇ ਨਾਲ ਨਾਲ ਜਿਹੜਾ ਜਿਹੜੀ ਸਿੰਚਾਈ ਵੀ ਪ੍ਰੋਪਰ ਜਿਹੜੀ ਹੁੰਦੀ ਆ ਹੋ ਰਹੀ ਹੈ। ਇਸ ਮਿੱਟੀ 'ਚ ਜੇ ਆਲੂ ਦਾ ਝਾੜਨਾ ਹੋਊਗਾ ਹੋਰ ਕਿੱਥੇ ਹੋਊਗਾ, ਇਹ ਮਿੱਟੀ ਦੇਖ ਕੇ ਮੈਨੂੰ ਲੱਗਦਾ ਜਲੰਧਰ ਏਰੀਆ ਵਿੱਚ ਜਿੱਥੇ ਜ਼ਿਆਦਾ ਆਲੂ ਬੀਜਦੇ ਹਨ ਲੋਕ, ਉਹ ਲੋਕਾਂ ਦੀ ਇਨਕੁਆਇਰੀ ਮੈਨੂੰ ਬਹੁਤ ਆਉਣੀ ਹੈ ਕਿਉਂਕਿ ਅਕਸਰ ਆਉਂਦੀ ਹੈ ਕਿਤੋਂ ਵੀ ਖੇਤੀ ਕਰਦੇ ਹਨ ਤੇ ਇਨਕੁਆਇਰੀਆਂ ਆਉਂਦੀਆਂ। ਸੋ ਤੁਸੀਂ ਦੇਖੋਗੇ ਸਾਹਮਣੇ ਐਵੋਕਾਡੋ ਦੇ ਫਾਰਮ ਲੱਗਦੇ ਆ, ਉਧਰਲੇ ਪਾਸੇ ਗੰਨਾ ਲਾਇਆ ਹੋਇਆ, ਆਲੂ ਆ ਜੀ, ਉੱਥੇ ਮੱਕੀ ਸੀ। ਸੋ ਇਹ ਜੇ ਪੰਜਾਬ ਕਹਿੰਦੇ ਨੇ ਨਾ, ਪੰਜਾਬ ਸਰੀ 'ਚ ਵੱਸਦਾ, ਪੰਜਾਬ ਟੋਰਾਂਟੋ 'ਚ ਵੱਸਦਾ, ਕਿਤੇ ਬੰਦੇ
ਤਾਂ ਹੀ 1894 'ਚ ਪਹਿਲੀਆਂ ਪੈੜਾਂ ਸਾਡੀਆਂ ਇੱਥੇ ਹੋਈਆਂ, ਜਦੋਂ ਆ ਕੇ ਅਤੇ ਗੰਨਾ ਸਾਡੇ ਜਿਹੜੇ ਪੰਜਾਬੀਆਂ ਨੇ ਆ ਕੇ ਗੰਨਾ ਵੱਢਿਆ, ਹੱਥੀਂ ਗੰਨਾ ਢੋਇਆ, ਉਸ ਟਾਈਮ ਦੀ ਇਹ ਜ਼ਮੀਨ ਆ। ਸੋ ਜਾਣੀ ਕਿ ਪੰਜਾਬੀਆਂ ਨੇ ਆਪਦੀ ਵਰਗੀ ਜ਼ਮੀਨ ਲੱਭ ਲਈ ਸੀ ਸ਼ੁਰੂ 'ਚ। ਸੋ ਤੁਸੀਂ ਬਾਕੀ ਕੈਮਰੇ ਨਾਲ ਦੇਖ ਲਓ ਜੇ ਕੋਈ ਫਰਕ ਆ ਤਾਂ ਗੱਲ 'ਚ। ਪਾਣੀ ਵਾਲਾ ਗੰਨਾ ਮੀਨਸ ਪਹਿਲਾਂ ਤਾਂ ਜ਼ਮੀਨ ਹੀ ਤੁਹਾਨੂੰ ਦਿਖਾਈ ਹੈ ਵੀ ਇੱਥੋਂ ਦੀ ਕਿੰਨੀ ਤਾਕੜੀ ਜ਼ਮੀਨ ਆ। ਉਸ ਤੋਂ ਬਾਅਦ ਗੰਨੇ ਨੂੰ ਪਾਣੀ ਲੱਗਦਾ ਪ੍ਰੋਪਰ, ਜਿਹੜੀ ਕਿ ਮੀਹਾਂ ਵਾਲਾ ਨਹੀਂ ਹੈ, ਅਤੇ ਇਸ ਦਾ ਤਾਂ ਹੀ ਭਾਰੀ ਫਸਲ ਵੀ ਦੇਖੋ ਕਿੰਨੀ ਕੁ ਭਾਰੀ ਹੈ, ਤੁਹਾਨੂੰ ਨੇੜੇ ਜਾ ਕੇ ਦਿਖਾਉਂਦੇ ਹਾਂ। ਇਹ ਆਪਣੇ ਸੁੱਖੇ ਭਾਈ ਗੰਨਾ ਚੁੱਕਣ ਵਾਲਾ ਵੀ ਹੈ। ਅੱਛਾ ਲਓ ਜੀ, ਇਹ ਦੇਖੋ ਜੀ ਗੰਨਾ ਤੇ ਤੁਸੀਂ ਨਵਦੀਪ ਬਾਈ ਕਿਆ ਬਾਤ ਆ ਜੀ, ਬਹੁਤ ਖੂਬਸੂਰਤ ਹੈ ਜਿਹੜਾ ਗੰਨੇ ਦੇ ਬੰਚ ਹੀ ਦੱਸੀ ਜਾਂਦੇ ਆ। ਦੇਖੋ ਜੀ ਬਹੁਤ ਸੰਘਣਾ ਝਾੜ ਆ, ਬੀਜਿਆ ਵੀ ਕੰਮ ਤੇ ਕੰਮ ਆ। ਟਰਾਲੀਆਂ ਮੋਸਟਲੀ ਜ਼ਿਆਦਾ ਤੋਂ ਜ਼ਿਆਦਾ ਫਾਰਮਾਂ ਦੇ ਵਿੱਚ ਟ੍ਰੇਨ ਦੇ ਟਰੈਕ ਵਿਛੇ ਹੋਏ ਆ, ਉਹਦੀਆਂ ਟਰਾਲੀਆਂ ਬਣੀਆਂ ਹੋਈਆਂ ਅਤੇ ਟ੍ਰੈਕਟਰ ਦੇ ਵਿੱਚ ਭਰ ਕੇ ਉਹ ਟਰਾਲੀਆਂ ਦੇ ਵਿੱਚ ਮੁੱਦਾ ਕਰੀ ਜਾਂਦੇ ਆ ਅਤੇ ਉਹ ਫਿਰ ਮੁੱਦਾ ਮਿਲ ਵਿੱਚ ਲੈ ਜਾਂਦੇ ਆ। ਵਧੀਆ ਸੋਹਣਾ ਜਿਹੜਾ ਗੰਨੇ ਦੀ ਦੱਸੀ ਜਾਂਦੀ ਹੈ, ਚੋਰੀ ਦੱਸੀ ਜਾਂਦੀ ਹੈ। ਹਾਰਵੈਸਟ ਇੱਕ ਸੀਜ਼ਨ ਚੱਲਦਾ ਪਿਆ ਜੀ, ਗੰਨੇ ਤਾਂ ਹੁਣ ਸਾਈ ਚੱਲ ਰਹੀ ਹੈ, ਥੋੜ੍ਹਾ ਜਿਹਾ ਚੱਲ ਰਹੀ ਹੈ। ਗੰਨੇ ਤੋੜਨ ਵਾਲੇ ਜੁੱਸੇ ਵੀ ਹੈਗੇ ਨੇ ਇੱਥੇ, ਇੱਥੇ ਜੁੱਸੇ ਵੀ ਹੈਗੇ ਸਾਡੇ ਸਾਡੇ ਤੋਂ ਨਹੀਂ ਦੁੱਖਦੇ।